ਮਿਸਿਸ ਵਰਲਡ ਪੰਜਾਬਨ ਕੰਪੀਟੀਸ਼ਨ ਹੋ ਰਿਹਾ ਸਵੀਡਨ ਦੇ ਵਿੱਚ, ਅਤੇ ਸਾਡੇ ਅੱਜ ਬਠਿੰਡਾ ਦੇ ਵਿੱਚ ਇੱਕ ਈਵੈਂਟ ਕਰਾਇਆ ਜਾ ਰਿਹਾ ਹੈ, ਅਤੇ ਜੋ ਪਾਰਟੀਸਪੇਟ ਕਰ ਰਹੇ ਹੈ ਨਵਦੀਪ ਕੌਰ ਜੀ ਸਾਡੇ ਨਾਲ ਨੇ। ਮੈਮ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ? ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਅੱਜ ਜਿਹੜਾ ਈਵੈਂਟ ਹੋ ਰਿਹਾ, ਕੀ ਕਹਿਣਾ ਇਹਦੇ ਬਾਰੇ? ਜੀ, ਅੱਜ ਬਠਿੰਡੇ ਦੇ ਵਿੱਚ ਮੇਰੀ ਪਹਿਲੀ ਵਿਜ਼ਿਟ ਹੈ, ਔਰ ਅੱਜ ਇੱਥੇ ਬਠਿੰਡੇ ਦੇ ਕਰਾਊਡ ਨੂੰ ਦੇਖ ਕੇ ਜੋ ਇਹਨਾਂ ਮੁਟਿਆਰਾਂ ਦੇ ਵਿੱਚ ਜੋਸ਼ ਹੈ ਉਹ ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਪਿਆਰੀਆਂ ਲੱਗ ਰਹੀਆਂ ਹਨ ਸਾਰੀਆਂ। ਅੱਜ ਸੁਹਾਗਣਾ ਦਾ ਪਰਵ ਕਰਵਾ ਚੌਥ ਨੂੰ ਮਨਾਉਣ ਲਈ ਇੱਥੇ ਆਈਆਂ ਹਨ, ਅਤੇ ਸਾਰੀਆਂ ਬਹੁਤ ਪਿਆਰੀਆਂ ਔਰ ਬਹੁਤ ਉਤਸ਼ਾਹ ਦੇ ਨਾਲ ਇਸ ਈਵੈਂਟ ਦੇ ਵਿੱਚ ਹਿੱਸਾ ਲੈ ਰਹੀਆਂ ਹਨ। ਬਹੁਤ ਉਮੀਦ ਹੈ। ਜਿਹੜਾ ਤੁਸੀਂ ਈਵੈਂਟ ਦੇ ਵਿੱਚ ਪਾਰਟੀਸਪੇਟ ਕਰ ਰਹੇ ਹੋ ਉਹਦੇ ਬਾਰੇ ਵੀ ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸੋ। ਜੀ ਹਾਂਜੀ, ਮੈਂ ਜਿਸ ਈਵੈਂਟ ਵਿੱਚ ਪਾਰਟੀਸਪੇਟ ਕਰ ਰਹੀ ਹਾਂ, ਇਟਸ ਅ ਵੈਰੀ ਡਿਫਰੈਂਟ ਈਵੈਂਟ, ਉਹ ਇਸ ਕਰਕੇ ਬਿਕੋਜ਼ ਆਪਣੇ ਜਿਵੇਂ ਤੁਸੀਂ ਦੇਖ ਰਹੇ ਹੋ ਬਿਊਟੀ ਪੇਜੈਂਟਸ ਹੁਣ ਅੱਜ ਕੱਲ੍ਹ ਇੱਥੇ ਬਹੁਤ ਹੋ ਰਹੇ ਹਨ, ਬਟ ਜਿਹੜਾ ਇਹ ਈਵੈਂਟ ਹੈ ਇਹ ਸਾਨੂੰ ਬੇਸਿਕਲੀ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਹੈ। ਸੋ ਇਹੀ ਇੱਕ ਮੇਨ ਜੋ ਚੀਜ਼ ਸੀ ਜਿਹਨੇ ਮੈਨੂੰ ਇਸ ਪੇਜੈਂਟ ਦੇ ਵੱਲ ਖਿੱਚਿਆ, ਅਤੇ ਮੈਂ ਪਹਿਲਾਂ ਮਿਸਿਜ਼ ਇੰਡੀਆ ਪੰਜਾਬਨ ਵਿੱਚ ਪਾਰਟੀਸਪੇਟ ਕੀਤਾ ਅਤੇ ਉਹ ਵਿਨ ਕੀਤਾ, ਅਤੇ ਹੁਣ ਮੈਂ ਮਿਸਿਜ਼ ਵਰਲਡ ਪੰਜਾਬਨ ਵਿੱਚ ਕੰਪੀਟ ਕਰਨ ਲਈ ਜਾ ਰਹੀ ਹਾਂ ਸਵੀਡਨ। ਇਹ ਕਦੋਂ ਹੋ ਰਿਹਾ ਮੈਮ ਅਤੇ ਕਿੱਥੇ ਹੋਣਾ? ਜੀ, ਇਹਦੀ ਹਾਲੇ ਐਕਸਪੈਕਟਿਡ ਡੇਟ ਸਾਨੂੰ, ਟੈਂਟੇਟਿਵ ਡੇਟ ਇਜ਼ ਨੋਟ ਯੈਟ ਕਲੀਅਰ, ਬਟ ਨਵੰਬਰ ਦੇ ਵਿੱਚ ਵੀ ਆਰ ਗੋਇੰਗ ਟੂ ਸਵੀਡਨ। ਪਹਿਲਾਂ ਆਡੀਸ਼ਨਸ ਹੋ ਚੁੱਕੇ ਨੇ ਸਾਰੀ ਜਗ੍ਹਾ ਦੇ ਵਿੱਚ, ਯੂਰਪ ਦੇ ਵਿੱਚ ਸਾਰੇ ਆਡੀਸ਼ਨਸ ਹੋ ਚੁੱਕੇ ਨੇ, ਦੁਬਈ ਵਿੱਚ ਆਡੀਸ਼ਨਸ ਹੋਏ ਨੇ, ਅਤੇ ਇੰਡੀਆ ਦੇ ਵਿੱਚ ਹੋਏ ਸੀ ਅਤੇ ਉਹਨੂੰ ਮੈਂ ਵਿਨ ਕੀਤਾ ਸੀ। ਹੁਣ ਕਿਸ ਤਰ੍ਹਾਂ ਦੀ ਲੱਗਦੀਆਂ ਕਿ ਹਰਡਲਸ ਆਉਣਗੀਆਂ ਤੁਹਾਡੇ ਰਾਸਤੇ ਦੇ ਵਿੱਚ ਕਿਉਂਕਿ ਫੋਰਨ ਦੇ ਵਿੱਚ ਜਾ ਕੇ? ਯੈਸ, ਆਫਕੋਰਸ ਹਰਡਲਸ ਬਹੁਤ ਆਉਣਗੀਆਂ, ਕਿਉਂਕਿ ਮੈਨੂੰ ਇੰਨਾ ਪਤਾ ਹੈ ਕਿ ਆਪਾਂ ਲੋਕ ਇੰਡੀਆ ਵਿੱਚ ਰਹਿੰਦੇ ਹੋਏ ਆਪਣੇ ਸੱਭਿਆਚਾਰ ਤੋਂ ਅਣਜਾਣ ਹਾਂ, ਪਰ ਜੋ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਹਨ, ਦੇ ਆਰ ਰੀਅਲੀ 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 ਕਲੋਜ਼ ਟੂ ਦੇਅਰ ਕਲਚਰ। ਉਹਨਾਂ ਨੂੰ ਉਹ ਇੱਕ ਵਿਰਾਗ ਮਹਿਸੂਸ ਕਰਦੇ ਹਨ ਆਪਣੇ ਸੱਭਿਆਚਾਰ ਦੇ ਲਈ, ਦੈਟਸ ਵਾਈ ਉਹ ਬਹੁਤ ਜ਼ਿਆਦਾ ਕਲੋਜ਼ ਹਨ, ਅਤੇ ਮੇਰੀਆਂ ਹਰਡਲਸ ਹੁਣ ਅੱਗੇ ਬਹੁਤ ਵਧਣ ਵਾਲੀਆਂ ਹਨ। ਆਪਣੇ ਪੰਜਾਬ ਤੋਂ ਕਿੰਨੇ ਕੁ ਜਿਹੜੇ ਸਿਲੈਕਟਡ ਹੋਏ ਨੇ ਇਸ ਈਵੈਂਟ ਦੇ ਲਈ, ਕੁਛ ਹੈ? ਨਹੀਂ, ਆਈ ਐਮ ਨੋਟ ਯੈਟ ਕਲੀਅਰ ਅਬਾਊਟ ਦੈਟ ਈਵੈਂਟ, ਬਿਕੋਜ਼ ਉਹ ਸਾਡੇ ਡਾਇਰੈਕਟਰਸ ਨੂੰ ਪਤਾ ਹੋਏਗਾ। ਆਈ ਹੈਵ ਰਿਸੀਵਡ ਦ ਨੇਮ ਦੈਟ ਆਈ ਐਮ ਦ ਫਾਈਨਲਿਸਟ ਆਫ ਦੈਟ। ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅਤੇ ਕੀ ਆਸ ਕਰ ਸਕਦੀ ਹੈ ਪੰਜਾਬ ਦੀ ਜਨਤਾ ਤੋਂ? ਹਾਂਜੀ, ਤਿਆਰੀਆਂ ਤਾਂ ਜੀ ਹੁਣ ਆਈ ਐਮ ਰੀਡਿੰਗ ਕੁਆਇਟ ਬੁੱਕਸ ਬਹੁਤ ਇੰਟਰਨੈਟ ਤੋਂ, ਔਰ ਆਪਣੀ ਮੇਨ ਗੱਲ ਇਹ ਹੈ ਇਸ ਸੱਭਿਆਚਾਰ ਦੇ ਨਾਲ ਜੁੜਨ ਦੇ ਲਈ ਅਸੀਂ ਆਪਣੇ ਦਾਦੀਆਂ ਨਾਨੀਆਂ ਦੇ, ਓ ਮਾਈ ਗਾਡ, ਵੀ ਆਰ ਗੈਟਿੰਗ ਸੋ ਕਲੋਜ਼ ਟੂ ਦੈਮ, ਐਂਡ ਸਾਨੂੰ ਇਹ ਜਾਣਕਾਰੀ ਜੋ ਹੈ ਇਹ ਆਪਣੇ ਕਿਸੇ ਬੁੱਕਸ ਤੋਂ ਨਹੀਂ ਮਿਲਦੀ, ਕਿਸੇ ਆਪਾਂ ਇੰਟਰਨੈਟ ਗੂਗਲ ਜਿੰਨਾ ਮਰਜ਼ੀ ਸਰਚ ਕਰ ਲਈਏ ਸਾਨੂੰ ਉਹਨਾਂ ਤੋਂ ਨਹੀਂ ਮਿਲਦੀ। ਇਹ ਸਾਨੂੰ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ, ਜਦੋਂ ਉਹ ਆਪਣੀਆਂ ਉਹ ਪੁਰਾਣੀਆਂ ਯਾਦਾਂ ਵਿੱਚ ਪਹੁੰਚ ਜਾਂਦੇ ਹਨ ਨਾ, ਤਾਂ ਉਹ ਪੁਰਾਣਾ ਪਹਿਲੇ ਵਾਲਾ ਪੰਜਾਬ ਸਾਨੂੰ ਅੱਖਾਂ ਅੱਗੇ ਆ ਜਾਂਦਾ ਹੈ। ਸੋ ਆਈ ਐਮ ਰੀਅਲੀ ਫੀਲਿੰਗ ਕਿ ਆਈ ਐਮ ਅ ਪਾਰਟ ਆਫ ਦੈਟ ਏਨਸ਼ੀਅੰਟ ਪੰਜਾਬ। ਸੋ ਤਾਂ ਇਹ ਸੀ ਨਵਦੀਪ ਕੌਰ ਜੀ, ਜਿਨ੍ਹਾਂ ਵੱਲੋਂ ਪਾਰਟੀਸਪੇਟ ਕੀਤਾ ਜਾ ਰਿਹਾ ਹੈ ਮਿਸਿਜ਼ ਵਰਲਡ ਪੰਜਾਬਨ ਦੇ ਲਈ, ਜੋ ਕਿ ਕੁਝ ਹੀ ਦਿਨਾਂ ਦੇ ਵਿੱਚ ਸਵੀਡਨ ਦੇ ਵਿੱਚ ਹੋਣ ਜਾ ਰਿਹਾ ਹੈ, ਅਤੇ ਪੂਰੀ ਤਿਆਰੀ ਹੈ ਇਹਨਾਂ ਦੇ ਵੱਲੋਂ, ਅਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਜ਼ਰੂਰ ਇਸ ਈਵੈਂਟ ਦੇ ਵਿੱਚ ਪਾਰਟੀਸਪੇਟ ਕਰਕੇ ਜਿੱਤ ਹਾਸਲ ਕਰਨਗੇ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ।